ਹਲਕਾ ਜਲਾਲਾਬਾਦ ਦੇ ਪਿੰਡ ਗਰੀਬਾ ਸੰਦੜ ਵਿਖੇ ਇੱਕ ਵਾਰ ਫੇਰ ਸ਼ੁਰੂ ਹੋਈ ਸਰਕਾਰੀ ਰੇਤ ਦੀ ਖੱਡ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਜਲਾਲਾਬਾਦ ਦੇ ਪਿੰਡ ਗਰੀਬਾ ਸੰਦੜ ਵਿਖੇ ਚੱਲ ਰਹੀ ਸਰਕਾਰੀ ਰੇਤ ਖੱਡ ਬੰਦ ਹੋ ਗਈ ਸੀ ਜਿਸ ਦੇ ਪਿੱਛੇ ਲੇਬਰ ਅਤੇ ਟਰੈਕਟਰ ਟਰਾਲੀਆਂ ਦੇ ਵਿਚਾਲੇ ਵਿਵਾਦ ਨੂੰ ਕਾਰਨ ਦੱਸਿਆ ਗਿਆ ਸੀ ਇੱਕ ਵਾਰ ਫੇਰ ਰੇਤ ਦੀ ਖੱਡ ਨੂੰ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਰੇਤ ਲੈਣ ਦੇ ਲਈ ਦੂਰੋਂ ਦਰਾਡੇੋਂ ਲੋਕ ਇੱਥੇ ਪਹੁੰਚਣ ਲੱਗੇ ਨੇ ਜਿਸ ਦੇ ਚੱਲਦਿਆਂ ਇੱਕ ਵਾਰ ਫੇਰ ਸੜਕ ਤੇ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਾਉਣ ਦੇ ਲਕਸ਼ ਦੇ ਤਹਿਤ 945 ਪੈਸੇ ਹਿਸਾਬ ਦੇ ਨਾਲ ਰੇਤ ਦਿੱਤਾ ਜਾ ਰਿਹਾ ਹੈ ਜਿਸ ਦੇ ਉੱਪਰ 5% ਜੀਐਸਟੀ ਲਗਾਇਆ ਜਾ ਰਿਹਾ ਹੈ ਦੱਸ ਦਈਏ ਕਿ ਬੀਤੇ ਦਿਨੀ ਰੇਤ ਖੱਡ ਤੇ ਰੇਤ ਲੈਣ ਆਏ ਡਰਾਈਵਰਾਂ ਦੇ ਵੱਲੋਂ ਰੋਪ ਲੱਗ ਰਹੇ ਸਨ ਕਿ ਉਹਨਾਂ ਦੇ ਵੱਲੋਂ 500 ਰੁਪਇਆ ਪ੍ਰਤੀ ਟਰਾਲੀ ਵਸੂਲਿਆ ਜਾ ਰਿਹਾ ਜੋ ਕਿ ਨਜਾਇਜ਼ ਹੈ ਇਸ ਦੇ ਚੱਲਦਿਆਂ ਉਹਨਾਂ ਨੇ ਰੋਸ ਜ਼ਾਹਰ ਕੀਤਾ ਸੀ ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਵੱਲੋਂ ਕਾਰਵਾਈ ਕਰਦੇ ਹੋਏ ਰੇਤ ਦੀ ਖਾੜ ਨੂੰ ਬੰਦ ਕਰ ਦਿੱਤਾ ਗਿਆ ਸੀ ਫਿਲਹਾਲ ਹੁਣ ਜਾਂਚ ਤੋਂ ਬਾਅਦ ਇੱਕ ਵਾਰ ਫੇਰ ਗਰੀਬਾ ਸੰਦੜ ਵਿਖੇ ਸਰਕਾਰੀ ਰੇਤ ਦੀ ਖਾੜ ਸ਼ੁਰੂ ਹੋ ਗਈ ਹੈ ਔਰ ਲੋਕ ਦੂਰੋਂ ਦੂਰੋਂ ਇੱਥੇ ਰੇਤ ਲੈਣ ਦੇ ਲਈ ਪਹੁੰਚ ਰਹੇ ਹਨ ਜਿਸ ਦੇ ਚੱਲਦਿਆਂ ਸੜਕ ਤੇ ਇੱਕ ਵਾਰ ਫੇਰ ਲੰਬੇ ਲੰਬੇ ਕਤਾਰਾਂ ਦੇ ਵਿੱਚ ਟਰੈਕਟਰ ਟਰਾਲੀ ਲੱਗੇ ਹੋਏ ਦਿਖਾਈ ਦੇ ਰਹੇ ਹਨ